हाँ जी, सत श्री अकाल जी सारिआं नूं। की हाल चाल ने सब दे? रात मौसम बड़ा खराब सी, बच गया मीं मूँह तो पिया नहीं। इहदी मोटर सड़ गई सी, नवीं बन्नी आ ते हुण तेल लिया लीक करदा। जे भरा के देखिआ चक्कर च ना, उदों बिजली पै गई थी इहदे ते। बिजली पैण नाल मोटर मच गई, इहनूं अग लग गई थी, पैप पूप मच गई थी डर। ते हुण इहनूं बनवा के हुण ठीक करवाया मीटर ते। मीटर ते चलणा बंद हो गए, हुण चलाई अज मोटर। चल भी थोड़ा जिहा तेल पवा के लिआंदा, चल 15-20 लीटर भी देखदे आ चला के भी। जे चल भी हुण चल भी सारा कुछ, एक जगह तेल निकलदा सी, हुण उह गली जी बंद करके उत्थे स्लैग लाई आ, तां करके हुण रुकी आ। भी देखदे आ सही हो जाए तो फिर इहनूं फिर इह वरत्या, क्योंकि इहनां सौखा ना तेल पाउणा। इहनूं न्यू जे लगी आ फिर आटो कट कर जांदी आ, बंद आपे हो जांदी। एक ਇਹਦੀ ਅੱਜ ਸਰਵਿਸ ਕਰਾਉਣੀ ਆ ਤੇ ਦੋ ਇੱਕ ਪੰਪ ਮੋੜਦਾ ਨਹੀਂ ਮਿੱਤਰਾ। ਇਹਨੂੰ ਜਾਂ ਸਟਾਰਟ ਹੋ ਜੂ, ਫਿਰ ਇਹਨੂੰ ਸਟਾਰਟ ਕਰ ਗਿਆ ਮੋੜ ਦੇ। ਓਏ ਆ ਮੈਂ ਕਹਿੰਦਾ ਸਟੀਅਰਿੰਗ ਮੋੜ ਦੇ ਤਾਂ ਹੀ ਮੋੜ ਜਾਣਾ। ਪੰਜਾਬੀ ਸਰਵਿਸ ਕਰਾਉਣੀ, ਨਾਲੇ ਪੰਪ ਤੋਂ ਤੇਲ ਜਿਹਾ ਲੀਕ ਆ, ਉਹ ਇਹਦਾ ਲੋਡ ਕਰਵਾਉਣਾ ਅਤੇ ਹੋਰ ਜਿਹੜਾ ਮਾੜਾ ਮੋਟਾ ਕੰਮ ਆ ਚੈੱਕ ਜਿਹਾ ਕਰਵਾਉਣਾ। ਅਤੇ ਹੁਣ ਜਾਤੀ ਛੱਡਣ ਚੱਲੇ ਆ। ਖੜਿਆਂ ਦੇ ਉੱਤੇ ਵੀ ਮਿੱਟੀ ਪੈ ਜਾਂਦੀ ਹੈ, ਇੱਦਾਂ ਹਨੇਰੀ ਨੇ। ਇਹਦੇ ਨਾ ਡੀਜ਼ਲ ਪੰਪ 'ਚੋਂ ਡੀਜ਼ਲ ਜਿਹਾ ਨਿਕਲਦਾ ਸੀਗਾ ਥੋੜ੍ਹਾ, ਤਾਂ ਕਰਕੇ ਇਹਨੂੰ ਭੇਜਣ ਲੱਗਿਆ। ਕੀ ਹੋਇਆ ਪਾਣੀ ਮਾਰਨ? ਇੱਕ ਨਾ ਮਗਰ ਵੀ ਨਿਕਲਦਾ ਇਹਦਾ ਤੇਲ ਜਿਹਾ, ਉਹਨੂੰ ਦਿਖਾ ਦੀ ਥੱਲੇ ਜਿਹੜਾ ਵਾ। ਪਨੀਰੀ ਦੀ ਬਿਜਾਈ ਚੱਲੀ ਜਾਂਦੀ ਆ। ਆਹ ਲੈਣ ਤਾਂ ਪੂਰੀ ਹੋ ਚੱਲੀ ਜਿੱਥੇ ਤੱਕ ਪਨੀਰੀ ਬੀਜਣੀ ਆ। ਬਸ ਹੁਣ ਇੱਧਰ ਆ ਬਰਸੀਮ ਵੱਢਦੇ ਹਾਂ, ਨਾਲ ਦੀ ਨਾਲ ਫਿਰ ਇਹ 'ਚ ਬੀਜਾਂਗੇ ਪਨੀਰੀ।
ਹਰੀ ਤਾਂ ਵਧੀਆ ਹੋਈ ਜਾਂਦੀ ਹੈ ਪਨੀਰੀ। ਓਏ ਅੱਜ ਉਹ ਸਿਰੇ ਤੇ ਕੋਈ ਫਰਮਾ ਹੋਰ ਲਾਇਆ ਹੀ ਨਹੀਂ ਤੁਸੀਂ ਯਾਰ। ਹੈ ਕਰੀਮ ਉਹ ਸਾਈਡ ਤੇ ਲਗਾਇਆ ਹੀ ਨਹੀਂ ਕੋਈ ਅੱਜ। ਓਏ ਸੰਤੋਸ਼ ਉਹ ਮੋਟਰ ਉਰਲੇ ਕੀਲੇ ਚ ਪਾਣੀ ਲਾ ਕੇ ਬੰਦ ਕਰਦੀ ਨਾ। ਨਹੀਂ ਨਹੀਂ ਉਹ ਭਿੰਡੀ ਨੂੰ ਕਿੱਲਾ ਜੀ ਲਾਇਆ ਨਾ, ਬਾਕੀ ਹੋਰ ਚ ਤਾਂ ਨੀ ਨਾ ਲਾਇਆ। ਉਹ ਚ ਕਿੰਨਾ ਕੁ ਲੱਗਿਆ? ਪੂਰਾ ਪਟਾ ਲੱਗ ਗਿਆ। ਕਿਹੜੇ ਪਾਸੇ ਪੂਰਾ ਪਟਾ ਲਾਇਆ? ਹਾਂ ਸਰਦਾਰ ਤਾਂ ਕਹਿੰਦਾ ਮੈਂ ਮਨਾ ਕਰਿਆ ਸੀ। ਪੂਰਾ ਸਿੰਜੀ ਹੋ ਗਿਆ ਸਰਦਾਰ, ਆਪ ਬੰਦ ਕਰ ਇੱਥੇ ਜਾ ਕੇ ਫੋਨ ਕੀ ਕਹਿੰਦਾ ਮੈਂ ਬੰਦ ਕਰ ਦਿਆ ਮੋਟਰ ਤੇ, ਇੱਕ ਪਟਾ ਹੋ ਹੀ ਗਿਆ। ਹੁਣ ਹੁਣ ਗਡਾਈ ਕਰਨ ਵਾਲਾ ਵੀ ਤਾਂ ਉਹੀ ਰਹਿਤਾ ਹੈ। ਨਹੀਂ ਨਹੀਂ ਉਹ ਤਾਂ ਗੁੱਡਿਆ ਗਿਆ ਬੀਚ ਵਾਲਾ ਪੱਟਾ ਤੋਂ। ਯਾਰ ਤੁਸੀਂ ਵੀ ਨਾ, ਤੁਹਾਡਾ ਕੰਮ ਸਿਰ ਹੀ ਆ, ਕਦੀ ਕਿੱਧਰ ਜਦ ਗਡਾਈ ਚੱਲਦੀ ਆ ਫਿਰ ਉਹ ਪੱਟਾ ਕਿਉਂ ਉਹਨੂੰ ਪਾਣੀ ਲਾਇਆ ਦੱਸ। ਹੁਣ ਅੱਜ ਉਹ ਵੱਡੀ ਪਨੀਰੀ ਨੂੰ ਪਾਣੀ ਲਾਤਾ? ਓਏ ਪਾਣੀ ਛੱਡਿਆ ਹੋਇਆ? ਪਾਣੀ ਛੱਡੇ ਹੋਏ ਅੱਜ ਨਾ ਲਾਉਂਦਾ ਯਾਰ ਚਾਹੇ। ਬੰਦ ਕਰਾ ਦੋ ਮੋਟਰ, ਦੋ ਕਹਿ ਰਹੇ ਸੀ ਫਿਰ ਹੋ ਗਿਆ, ਉਧਰ ਜਾ ਰਹਾ ਸੀ। ਉਹ ਕੱਲ ਭਰੇ ਸੀ ਪਰਲੇ ਗਿਆਰੇ ਸਾਰੇ ਭਰੇ ਸੀ ਪੂਰਾ ਪਾਣੀ। ਬਸ ਆ ਪਿੰਡੀ ਹੁਣ ਥੋੜੇ ਦਿਨਾਂ ਦੀ ਮਹਿਮਾਨ ਹੀ ਆ, ਕਿਉਂਕਿ ਜੇ ਹੁਣ ਉੱਧਰ ਉੱਤਰਨ ਲੱਗ ਗਈ, ਅੱਜ ਪਹਿਲਾ ਦਿਨ ਸੀ ਉੱਧਰ ਤੋੜੀ ਆ। ਜੇ ਬੁੜੀਆਂ ਤੋਂ ਔਖੀਆਂ ਹੋਈਆਂ ਜਾਣੀ ਕਿ ਤੋੜਨ ਨੂੰ, ਵੀ ਬੁੜੀਆਂ ਦੀ ਘਾਟ ਪਈ ਫਿਰ ਆਹ ਕਿੱਲਾ ਪਾ ਦੇਣਾ, ਉੱਧਰ ਉਹ ਚੱਲੀ ਜਾ। ਪਨੀਰੀ ਦੇਖ ਲਓ ਵਧੀਆ ਹਰੀ ਹੋਈ ਆ ਸਾਰੀ ਪਨੀਰੀ। ਆਹ ਆਪਾਂ ਦੂਜੇ ਲੋਟ ਬੀਜੀ ਸੀਗੀ, ਪਹਿਲਾਂ ਪਾਣੀ ਛੱਡ ਕੇ ਬਾਅਦ 'ਚੋਂ ਛੱਟਾ ਦਿੱਤਾ ਸੀ, ਹਰੀ ਸਾਰੀ ਪੂਰੀ ਵਧੀਆ। ਅਤੇ ਆਹ ਵਾਲਾ ਆਪਾਂ ਗਿਆਰਾ ਬੀਜਿਆ ਸੀ ਸੁੱਕੇ ਦੇ ਵਿੱਚ, ਪਾਣੀ ਚੱਲਦਾ ਵਾ ਹੁਣ, ਅਤੇ ਇਹ ਵੀ ਬਹੁਤ ਸੋਹਣੀ ਹਰੀ ਹੋਈ ਆ, ਵਧੀਆ ਵਾ ਪਨੀਰੀ। ਅਤੇ ਆਹ ਪੂਛਾ ਵਾ, ਇਹ ਜਿਹੜੀ ਆਪਾਂ ਗੇਤੀ ਬੀਜੀ ਸੀ ਇਹ ਵੀ ਬਹੁਤ ਵਧੀਆ ਹਰੀ ਹੋਈ ਆ ਪਨੀਰੀ। ਬਸ ਦੋ ਕੁ ਜਗ੍ਹਾ ਤੋਂ ਧਲੀਆਂ ਖਰਾਬ ਹੋਈਆਂ ਨਹੀਂ ਫੂਸ ਨਾਲ, ਉਹ ਵੀ ਕਿਉਂਕਿ ਇੱਥੇ ਨਾ ਫੂਸ ਜੰਮ ਗਿਆ ਸੀ, ਇੱਕ ਆਹ ਜਗ੍ਹਾ ਫੂਸ ਜੰਮ ਗਿਆ ਸੀ, ਇੱਕ ਆ ਇੱਥੇ ਬਸ, ਬਾਕੀ ਸਾਰੀ ਪੂਰੀ ਵਧੀਆ ਹੋਈ। ਫਿਰ ਆਹ ਉਰੇ ਮੂਹਰੋਂ ਪੈਰਾਂ ਨਾਲ ਲੀਹਾਂ ਜੀਆਂ ਥੋੜ੍ਹੀਆਂ ਪੈ ਗਈਆਂ, ਪਰ ਬਾਕੀ ਸਾਰੀ ਕੋਈ ਤਕਲੀਫ ਨਹੀਂ, ਪਨੀਰੀ ਬਹੁਤ ਸੋਹਣੀ ਹਰੀ ਹੋਈ ਆ। ਹੁਣ ਅੱਜ ਪਾਣੀ ਲਾ ਦੇਣਾ ਇਹਨੂੰ, ਕੱਲ੍ਹ ਨੂੰ ਯੂਰੀਆ ਲਾਵਾਂਗੇ ਪਾਣੀ, ਸ਼ਾਮ ਨੂੰ ਸ਼ਾਮ ਟਾਈਮ ਯੂਰੀਆ ਲਾ ਦਾਂਗੇ ਇਹਨੂੰ ਪਾਣੀ ਸੁੱਕੇ 'ਤੇ। ਕੱਲ੍ਹ ਨੂੰ ਸਾਰੀ ਨੂੰ ਯੂਰੀਆ ਲਾ ਦੇਣਾ, ਅੱਜ ਪਾਣੀ ਲਾ ਕੇ ਛੱਡ ਦੇਣਾ, ਸੁੱਕ ਜੂਗਾ ਕੱਲ੍ਹ ਨੂੰ ਸ਼ਾਮ, ਕਿਉਂਕਿ ਪਾਣੀ ਰਾਤ ਰਾਤ ਨੂੰ ਸੁੱਕ ਜਾਂਦਾ, ਸਵੇਰ ਤੱਕ ਰਹਿੰਦਾ ਨਹੀਂ ਪਾਣੀ। ਹੁਣ ਉਹ ਤੇੜ ਪਾੜ ਗਈ ਨਾ, ਹੁਣ ਤੇੜ ਪਾੜ ਗਈ ਤਾਂ ਹੁਣ ਪਾਣੀ ਰਹਿੰਦਾ ਨਹੀਂ ਹੈਗਾ, ਜਮਾਂ ਹੀ ਸੁੱਕ ਜਾਂਦਾ। ਮੈਂ ਕੱਖਾਂ ਵਾਲੀ ਸਪਰੇਅ ਵੀ ਕਰੀ ਸੀ, ਕੋਈ ਕੱਖ ਨਹੀਂ ਹੋਇਆ ਖੇਤ 'ਚ, ਐਨ ਪੂਰੀ ਵਧੀਆ ਹੋ ਗਈ। ਹੁਣ ਉੱਧਰ ਦੂਜੀ ਜਗ੍ਹਾ ਖੇਤ ਤਿਆਰ ਕਰਿਆ ਵਾ, ਉੱਥੇ ਬੀਜਾਂਗੇ ਛੱਬੀ ਦੀ ਪਨੀਰੀ। ਇੱਥੇ ਹੁਣ ਇੱਥੇ ਆਪਣੇ ਕੋਲ ਇੰਨਾ ਕੀ ਖਤਾ ਸੀ, ਕਿਉਂਕਿ ਉੱਧਰ ਹੈਗਾ ਖੇਤ ਪਰ ਉਹ ਥੋੜ੍ਹਾ ਡਾਕਰ ਜ਼ਿਆਦੇ ਆ, ਅਤੇ ਇੱਕ ਉੱਥੇ ਪਾਣੀ ਭਰ ਜਾਂਦਾ ਜੇ ਮੀਂਹ ਮੂੰਹ ਜ਼ਿਆਦੇ ਆ ਗਏ। ਸਵੇਰੇ ਜਾਣਾ ਹੈਗਾ ਹੀਰਾਂ ਨੂੰ ਵਾਹੁਣ, ਟਰੈਕਟਰਾਂ ਦੀਆਂ ਤਿਆਰੀਆਂ ਕਰ ਲਈਆਂ, ਉੱਥੇ ਜਾਣਾ। ਆਹ ਜੰਬੀ ਬਾਈ ਨੇ ਤਿਆਰ ਕਰ ਲਈ ਟਰੈਕਟਰ ਆਪਦਾ, ਅਤੇ ਇੱਥੇ ਪਨੀਰੀ ਵਾਲੇ ਗਿਆ ਤਾਂ ਸਵੇਰੇ ਰੋਟਾ ਵਿਟਰਾਂ ਨੂੰ ਪਾਇਆ ਸੀ, ਮੈਂ ਕਿਹਾ ਹਲਾਂ ਜਿਹਾਂ ਨਾਲ ਕੱਢ ਦਈਏ ਥੋੜ੍ਹਾ ਸੁੱਕ ਜੂ ਖੱਤਾ, ਫਿਰ ਕੱਲ੍ਹ ਨੂੰ ਸ਼ਾਮ ਨੂੰ ਆ ਕੇ ਤਿਆਰ ਕਰ ਦਾਂਗੇ।
ਇਹ 60-55 ਮਗਰ ਪਾਏ ਆ 15 ਹਲ ਅਤੇ ਦੋਈ ਟਰੈਕਟਰ ਲੈ ਕੇ ਜਾਣਾ ਵਾਹੁਣ ਨੂੰ 60-55 ਅਤੇ 90-10 ਦੋਵਾਂ ਨੇ ਵਾਹ ਦੇਣਾ ਪੂਰਾ ਵਧੀਆ ਕਿਉਂਕਿ ਇੱਕ ਵਾਰੀ ਵਾਹੁਣੇ ਆ ਖੇਤ ਦੋ ਵਾਰ ਨਹੀਂ ਵਾਹੁਣੇ ਆਪਾਂ ਉੱਥੇ ਮੀਂਹ ਮੂੰਹ ਪੈ ਜਾਂਦੇ ਆ ਜ਼ਿਆਦਾ ਫਿਰ ਉਦੋਂ ਦਿੱਕਤ ਆਉਂਦੀ ਆ ਵੀ ਫਿਰ ਦੁਬਾਰਾ ਉਹ ਕਰਨਾ ਪੈ ਜਾਂਦਾ ਫਿਰ ਵਾਹੁਣੇ ਪੈਣਗੇ ਉਹ ਡਬਲ ਤੇਲ ਖਰਚਾ ਹੁਣ ਇੱਕ ਵਾਰ ਵਾਹ ਕੇ ਲੇਜ਼ਰ ਗ੍ਰਾਹ ਲਾ ਦੇਣਾ ਉੱਥੇ ਸਾਰੇ 'ਚ ਲੇਜ਼ਰ ਗ੍ਰਾਹ ਵੀ ਲੈ ਕੇ ਜਾਵਾਂਗੇ ਫਿਰ ਇਹ ਟਰੈਕਟਰ ਸੁੱਕੇ ਕੰਮ ਲਈ ਤਾਂ ਹੈਗਾ ਪੂਰਾ ਪਰਫੈਕਟ ਪਰ ਇਹ ਕੱਦੂ ਲਈ ਯਾਰ ਵਧੀਆ ਨਹੀਂ ਲੱਗਿਆ ਸਾਨੂੰ ਤਾਂ ਕਿਉਂਕਿ ਕੱਦੂ 'ਚ ਇਹਦੇ ਮਗਰ ਪੀਟੀਓ 'ਚ ਦੋ ਵਾਰ ਉਹ ਪੈ ਗਿਆ ਪਾਣੀ ਸੰਤੋਸ਼ ਉਹ ਮੱਲਾ ਆਹ ਕਈਆਂ ਗੋਈਆਂ ਚੱਕ ਕੇ ਤਾਂ ਉੱਧਰ ਲੈ ਜਾ ਕਰੋ ਚਾਹੇ ਕੋਈ ਤੁਹਾਡੀਆਂ ਕਈਆਂ ਹੀ ਚੱਕ ਕੇ ਲੈ ਜਾਵੇ ਉਰੋਂ ਹੈਂ ਕਈਆਂ ਦੇ ਚੀਜ਼ਾਂ ਤਾਂ ਸਾਂਭ ਲਿਆ ਕਰੋ ਸੁੱਕੀ ਬਾਹੀ 'ਚ ਤਾਂ ਪੂਰਾ ਪਰਫੈਕਟ ਹੈ ਇਹ ਸੁੱਕੀ ਬਾਹੀ 'ਚ ਟਰਾਲੀ ਦੇ ਕੰਮ ਨੂੰ ਰੋਟਾਵੇਟਰ ਨੂੰ ਅਤੇ ਉਹਦੇ ਤੇਲ ਖਰਚਾ ਬਹੁਤ ਜਾਇਜ਼ ਇਹਦਾ ਟਰੈਕਟਰ ਦਾ ਕੁਆਲਿਟੀ ਨਹੀਂ ਇਹਦੀ ਬਣ ਕੇ ਬਿਲਕੁਲ ਵੀ ਵਧੀਆ ਲੱਗੀ ਰਿਮ ਇਹਦੇ ਦੋ ਵਾਰ ਰੰਗ ਹੋ ਗਏ ਕਿਉਂਕਿ ਬਿਲਕੁਲ ਪੀਲੇ ਪੀਲੇ ਹੋ ਗਏ ਸੀ ਕੱਦੂ ਕਰਦਿਆਂ ਨੇ ਅਤੇ ਨੰਬਰ 2 ਪਾਣੀ ਪੈ ਗਿਆ ਅਤੇ ਫਿਰ ਇੱਕ ਇਹਦੇ ਬ੍ਰੇਕ ਬਿਲਕੁਲ ਕੰਮ ਨਹੀਂ ਕਰਦੇ ਉਹ ਕਹਿੰਦੇ ਪੈਡਲ ਦੂਜੇ ਲਵਾ ਦਿੰਦੇ ਹਾਂ ਜਿਹੜੇ ਹੈਗੇ ਮੈਂ ਕਿਹਾ ਪੈਡਲ ਤਾਂ ਇਹੀ ਰੱਖਣੇ ਆ ਕਿਉਂਕਿ ਫਿਰ ਇਹਦਾ ਪਲੇਟਫਾਰਮ 'ਤੇ ਜਗ੍ਹਾ ਤਾਂ ਹੈ ਨਹੀਂ ਬਸ ਇਹ 2-3 ਪ੍ਰੋਬਲਮ ਆ ਨੇ ਬਾਕੀ ਹੋਰ ਕੋਈ ਪ੍ਰੋਬਲਮ ਨਹੀਂ ਯਾਨੀ ਕਿ ਸੁੱਕੇ ਕੰਮਾਂ ਨੂੰ ਯਾਨੀ ਕੱਦੂ ਤੋਂ ਬਿਨਾਂ ਵਧੀਆ ਵਾ ਫੋਰ ਵੀਲ ਨਹੀਂ ਲਾਇਆ ਥੋੜ੍ਹਾ ਜਿਹਾ ਪਾਉਣਾ ਸੀਗਾ ਤਾਂ ਕਰਕੇ 15 ਹਲ ਨਹੀਂ ਇਹਨੇ ਚਲਾਏ ਬਾਈ ਨੇ ਬਸ ਇਹ ਨੀਵਾਂ ਵਾਲਾ ਵਾ ਇਹਦੇ ਨੀਵੇਂ ਹੋਣ ਦੇ ਨਾਲ ਨਾ ਕੱਦੂ 'ਚ ਆਪਣਾ ਪਲਾਓ ਫਿਰਿਆ ਹੁੰਦਾ ਅਤੇ ਉਹਦੇ ਨਾਲ ਪਾਣੀ ਹੋਰ ਭਰ ਜਾਂਦਾ ਤਾਂ ਕਰਕੇ ਪ੍ਰੋਬਲਮ ਪੈਂਦੀ ਜਿਹੜੀ ਇਹਦੇ ਮੇਨ ਪ੍ਰੋਬਲਮ ਹੁੰਦੀ ਪਿੱਛਿਓਂ ਨੀਵਾਂ ਵਾਲਾ ਇਹਦੇ ਪੀਟੀਓ ਅੱਗੇ ਦੋ ਵਾਰ ਯਾਨੀ ਕਿ ਆਪਾਂ ਖੋਲ੍ਹ ਕੇ ਗੇਅਰ ਦਾ ਗੇਅਰ 'ਚ ਪਾਣੀ ਭਰ ਗਿਆ ਸੀ ਜਮ੍ਹਾਂ ਹੀ ਗਰੀਸ ਬਣ ਗਿਆ ਸੀ ਇਹ ਸਾਰੀ 26 ਦੀ ਪਨੀਰੀ ਆ ਇਹ ਟ੍ਰਾਂਸਫਾਰਮ ਆਪਣਾ ਆਪਦਾ ਵਾ ਲੈ ਕੇ ਰੱਖਿਆ ਹੋਇਆ ਕਿ ਜੇ ਕਿਤੇ ਲੋੜ ਪੈ ਜਾਵੇ ਤਾਂ ਭਰ ਸਕੇ ਕਿੱਥੇ ਅੜ ਗਿਆ ਇੱਥੇ ਪੈਪ ਆ ਜਾਣਾ ਜੰਮੀ ਬਾਈ ਹੱਠ ਹੀ ਪੈਪ ਆ ਬਸ ਕਰੋ
बस करो बस करो आओ फार्म ट्रक का डंडा भी रखी पैन का चल ले चल कमल चल उधर तो ले चल पैप रखी है पैप रख के डीजल भरी है डीजल फुल भर ला ड्रम तेरी हवा भी घट आ मूहरले टायर च भराई नहीं हवा घट नहीं लगती जम्मी भाई वो तो बैठा भी नहीं थी उदो बिच मेंबर रोटी ले आऊंगा हाँ लच्छी ओए अद्धा है नहीं यार अद्धा लेना ओए जंबी भाई एक दा की करना यार उत्थे कट्टू एक की करना यार अद्धा ले गया अद्धा ले गया करीम अद्धा कर लिया मतलब झोलियां दो ही होने हाँ। दो झोलियां का माल लेना मुंडा काम बड़ा करदा ना उरला जिदन आ गया नी उदन ही हट जाना देख ली जिदन आ गया नी उदन ही हट जाना काम करना उदन साले डक्का नहीं तोड़ना इन्हें तो देख ली हजे नवा रोटी ड्यूटी रखा कौन थी गुल्ली थी है ना कि आप तो शुरू कर लिया मिट्टी भर जानी है यार मिट्टी है थले मतलब ये थले कपड़ा बन माड़ा जहा लिया थले भी बन ए मूहरे भी जमी भी कपड़े बन ओ खड़ा तो कर दे मिट्टी भर जानी है घर ले जा थले उपर मिट्टी बनो कपड़ा बन दोने पासे बनो कपड़ा अठ टोटे हो गए कमल आप पासा मूहरे करना सी यार भारा वा डिगना पे मगर नू मारे बारा पासा मूहरे करी जा प्लेट टुटू थोड़ी ध्यान नाल मूहरे करके बरोबर होके रख दे मजनू ने ले आनी आप वो छोटी गड्डी बिठा ले होगा चलो डीजल का ड्रम भरो डीजल भरो डीजल ना पूरा आप अगे भी आंदी सी अपने कमल थोड़ा जा नीमा रख ला ड्रम अच्छा जमा ही उपर तक ना भरी भी फिर डुलता जाऊ राज उत्ते ढक्कन साफ कर ला नहीं होदू भी उपर भर ला हां ये तो हाँ। ठीक है हां बस इनू इत्थे बंद बनना नहीं है थल्ले ओ नहीं नहीं इना खंड जाना ए फौज आ बस ता करके बस ए की यार भर बस ले आ उठी आ हां उधर ले चल कमल उत्थे गड्डी भर दे पंप ड्रम भर ला मगर ला गेट लगे मजे